ساري سندا روم روم تاما شكرانا تام تام سي غورنا سادي مهارا جدا جنا نے اپنے ایدی گودے میں چھٹھا کے کتنا بھی حاجی پروائی اور تانواز سمو پرمندر کے بیٹی ہے جنا نے آپ کے آدھی آقام روپی سکتا نے تشن جداری پروائی کیونکہ لاس میں جتنا ایچے آیا ہویا سی ڈاکٹر بھنگر سنگھ جی تاوا اور مٹھارو صاحب مان سنگھ جی مٹھارو سو انہوں نے بھی انہوں نے بھی بہت انواد کہ انہوں نے ساری ایک گل کر کے آپ ساری سنگتا نے درشن کروائے اور بڑا داسن بڑا آنند آیا آپ کے سامنے بیٹھ کے کتنے دن مکے جہادی کر دیا سو ایک گلا کرتا ہوا پھر ایک بڑی دھنواد کرتا پوری پربندک کمیٹی کا جنہوں نے آپ ساری سنگتا نے درشن جاری کروائے جب من سد نام سدا سد نام جب من سد نام سدا سد نام جب من سد نام سدا سد نام جب من سد نام سد نام جب من سد نام سد نام سد نام سد نام سد نام سدا سد نام جب من سد نام
Bye.
I'm not afraid to die.
ਪਿਤਾ ਦੀ ਬਾਣੀ ਆਪ ਨੂੰ ਸਰਵਣ ਕਰਵਾਈ ਹੈ। ਇਹ ਬੜੀਆਂ ਪਿਆਰੀਆਂ ਵਰਸ਼ਾਂ ਹਨ, ਪੂਰਵਜੇ ਦੀਆਂ ਵਰਸ਼ਾਂ ਹਨ, ਉਹਨਾਂ ਦੀਆਂ ਬਣਾਈਆਂ ਹੋਈਆਂ, ਉਹਨਾਂ ਦੀਆਂ ਗਾਈਆਂ ਹੋਈਆਂ। ਸ਼੍ਰੋਮਣੀ ਰਾਗੀ ਭਾਈ ਸਾਹਿਬ ਭਾਈ ਬਲਬੀਰ ਸਿੰਘ ਜੀ ਦਾਸ ਉਹਨਾਂ ਦਾ ਸ਼ਗਿਰਦ ਹੈ। ਸੋ ਉਹਨਾਂ ਦੇ ਕੋਲ ਰਹਿ ਕੇ ਜੋ ਇਹ ਵਿਦਿਆ ਪ੍ਰਾਪਤ ਕੀਤੀ ਹੈ, ਔਰ ਜਦੋਂ ਵੀ ਸੰਗਤਾਂ ਦੇ ਵਿੱਚ ਵਿਚਰੀਦਾ ਹੈ ਉਹ ਸੰਗਤਾਂ ਬੜੇ ਪਿਆਰ ਨਾਲ ਇਹ ਸ਼ਬਦਾਂ ਨੂੰ ਕਹਿ ਕੇ ਸਰਵਣ ਕਰਦੀਆਂ ਹਨ। ਔਰ ਦੂਸਰਾ ਸ਼ਬਦ ਹੈ ਜਾਗਰਦਨ ਨਾਗਰਦਨ ਬਾਗਰਦਨ ਬਾਜੇ ਗਾਗਰਦਨ ਦਾਜੀ ਮਹਾਂਗਜ ਰਾਜੇ ਤਾਗਰਦਨ ਤੀਰਨ ਤੁਪਕਮ ਤਰਾਕਮ ਤਾਗਰਦਨ ਤਾਤੀ ਕਟਾਈ ਕੜਾਕਮ। ਇਹਦੇ ਵਿੱਚ ਸਤਿਗੁਰੂ ਜੀ ਨੇ ਸ਼ਸਤਰਾਂ ਦਾ ਵਰਣਨ ਕੀਤਾ ਹੈ ਕਿ ਜਦੋਂ ਖਾਲਸਾ ਮੈਦਾਨੇ ਜੰਗ ਦੇ ਵਿੱਚ ਉਤਰਦਾ ਹੈ ਤੇ ਕਿਸ ਤਰ੍ਹਾਂ ਉਹ ਭੁਕਾਰੇ ਛੱਡਦਾ ਹੈ, ਔਰ ਕਿਸ ਤਰ੍ਹਾਂ ਤਲਵਾਰ ਚੱਲਦੀ ਹੈ, ਕਿਸ ਤਰ੍ਹਾਂ ਤੀਰ ਕਮਾਨ ਚੱਲਦੇ ਹਨ, ਕਿਸ ਤਰ੍ਹਾਂ ਬੰਦੂਕਾਂ ਔਰ ਵਾਲਵਨ ਚੱਲਦੇ ਹਨ, ਉਹਨਾਂ ਦੀਆਂ ਆਵਾਜ਼ਾਂ ਕਿਸ ਤਰ੍ਹਾਂ ਹੁੰਦੀਆਂ ਹਨ, ਤਾਗੜਦਨ ਤਾਤੀ ਕਟਾਈ ਕੜਾਕ ਇਸ ਤਰ੍ਹਾਂ ਉਹਨਾਂ ਦੀਆਂ ਕੜਾ ਕੜਾ ਕਰਕੇ ਆਵਾਜ਼ਾਂ ਹੁੰਦੀਆਂ ਹਨ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰਾਨੇ ਰਾਹੀਂ ਬਿਆਨ ਕੀਤਾ ਹੈ। ਆਓ ਜੀ ਸਰਵਣ ਕਰੋ। ਚਾਵੇ ਦੰਗਾ ਵੇਲੇ ਦੰਗਾ ਵੇਲੇ ਦੰਗਾ ਵੇਲੇ ਦੰਗਾ ਵੇਲੇ ਦੰਗਾ ਵੇਲੇ